ਸਿੱਖੋ ਖੁੱਲ੍ਹਾ ਹੋਇਆ। ਇਹ ਬਹੁਤ ਹੀ ਆਸਾਨ ਹੈ। ਤੁਹਾਨੂੰ ਇੱਕ ਪਾਰਦਰਸ਼ੀ ਕੱਪ ਅਤੇ ਮੁੜੀ ਹੋਈ ਸਟਰਾਅ ਦੀ ਲੋੜ ਹੈ। ਕੈਂਚੀ ਨਾਲ ਕੱਪ ਦੇ ਥੱਲੇ ਇੱਕ ਮੋਰੀ ਬਣਾਓ। ਹੁਣ ਸਟਰਾਅ ਲਵੋ ਅਤੇ ਉਸਦੇ ਲੰਬੇ ਅੰਤ ਨੂੰ ਕੱਪ ਦੇ ਅੰਦਰ ਜੋੜ ਦਵੋ। ਧਿਆਨ ਰੱਖੋ ਕਿ ਸਟਰਾਅ ਅਤੇ ਕੱਪ ਚੰਗੀ ਤਰ੍ਹਾਂ ਜੁੜੇ ਹੋਣ, ਇਹ ਚੋਂਦੇ ਨਾ ਹੋਣ। ਤੁਸੀਂ ਸਟਰਾਅ ਨੂੰ ਗੂੰਦ ਨਾਲ ਵੀ ਜੋੜ ਸਕਦੇ ਹੋ। ਹੁਣ ਗਲਾਸ ਵਿੱਚ ਪਾਣੀ ਭਰੋ। ਪਹਿਲਾਂ ਕੁਝ ਵੀ ਨਹੀਂ ਹੋਵੇਗਾ, ਹੌਲੀ ਹੌਲੀ ਪਾਣੀ ਹੋਰ ਪਾਓ। ਜਿਵੇਂ ਹੀ ਪਾਣੀ ਮੁੜੀ ਹੋਈ ਸਟਰਾਅ ਤੋਂ ਉੱਪਰ ਜਾਵੇਗਾ, ਉਸੇ ਵੇਲੇ ਇੱਕ ਤੇਜ਼ ਪਾਣੀ ਦੀ ਧਾਰ ਬਾਹਰ ਆਵੇਗੀ। ਇਹ ਪ੍ਰਯੋਗ ਰੰਗਦਾਰ ਪਾਣੀ ਨਾਲ ਵੀ ਕਰ ਸਕਦੇ ਹੋ। ਗਲਾਸ ਵਿੱਚ ਰੰਗਦਾਰ ਪਾਣੀ ਭਰ ਲਿਓ। ਜਿੰਨਾ ਚਿਰ ਪਾਣੀ ਮੁੜੀ ਹੋਈ ਸਟਰਾਅ ਤੋਂ ਉੱਪਰ ਨਹੀਂ ਜਾਵੇਗਾ, ਉਸ ਵੇਲੇ ਤੱਕ ਕੁਝ ਨਹੀਂ ਵਾਪਰੇਗਾ। ਜਦੋਂ ਹੀ ਪਾਣੀ ਮੁੜੀ ਹੋਈ ਸਟਰਾਅ ਤੋਂ ਉੱਪਰ ਆ ਜਾਏਗਾ ਤਾਂ ਪਾਣੀ ਤੇਜ਼ ਗਤੀ ਨਾਲ ਬਾਹਰ ਆਵੇਗਾ।